ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਲਈ ਇੱਕ ਨਵੀਂ ਗਤੀਵਿਧੀ ਲੈ ਕੇ ਆਇਆ ਹਾਂ, ਜਿਸ ਵਿੱਚ ਅਸੀਂ ਬੱਚਿਆਂ ਨੂੰ ਆਲੇ ਦੁਆਲੇ ਦੀਆਂ ਵਸਤੂਆਂ ਬਾਰੇ ਜਾਣਕਾਰੀ ਦੇਵਾਂਗੇ ਅਤੇ ਬੱਚਿਆਂ ਨੂੰ ਅੱਜ ਦੱਸਾਂਗੇ ਅੰਬ ਦਾ ਦਰਖਤ ਕਿਸ ਤਰ੍ਹਾਂ ਅਸੀਂ ਕਲੇ ਤੋਂ ਬਣਾ ਸਕਦੇ ਹਾਂ। ਇਹ ਗਤੀਵਿਧੀ ਨੂੰ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ਦੇ ਵਿੱਚ ਆਲੇ ਦੁਆਲੇ ਬਾਰੇ ਜਾਣਕਾਰੀ ਦਾ ਵਾਧਾ ਕਰਨਾ, ਉਹਨਾਂ ਦੇ ਹੱਥਾਂ ਦੀਆਂ ਛੋਟੀਆਂ ਮਾਸਪੇਸ਼ੀਆਂ ਦਾ ਵਿਕਾਸ ਕਰਨਾ ਅਤੇ ਉਹਨਾਂ ਵਿੱਚ ਰਚਨਾਤਮਕ ਵਿਕਾਸ ਕਰਨਾ। ਤਾਂ ਇਹ ਗਤੀਵਿਧੀ ਨੂੰ ਕਰਵਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਇਹ 3 ਰੰਗ ਦੀ ਕਲੇ ਚਾਹੀਦੀ ਹੈ। ਇਹ ਕਲੇ ਮੈਂ ਘਰ ਵਿੱਚ ਹੀ ਆਟੇ ਤੋਂ ਬਣਾਈ ਹੈ। ਇਸ ਨੂੰ ਕਿਸ ਤਰ੍ਹਾਂ ਬਣਾਉਣਾ ਹੈ ਇਸ ਦਾ ਲਿੰਕ ਮੈਂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ। ਤਾਂ ਸਾਨੂੰ ਹਰੇ ਰੰਗ ਦੀ, ਭੂਰੇ ਰੰਗ ਦੀ ਅਤੇ ਪੀਲੇ ਰੰਗ ਦੀ ਕਲੇ ਚਾਹੀਦੀ ਹੈ। ਤਾਂ ਅੱਜ ਅਸੀਂ ਅੰਬ ਦਾ ਦਰਖਤ ਬਣਾ ਰਹੇ ਹਾਂ। ਤਾਂ ਮੈਂ ਪਹਿਲਾਂ ਹੀ ਇਹ ਛੋਟੇ ਛੋਟੇ ਜੋ ਅੰਬਾਂ ਦੇ ਸਾਈਜ਼ ਦੇ ਕਲੇ ਨਾਲ ਟੁਕੜੇ ਬਣਾ ਲਏ ਹਨ। ਤਾਂ ਇੱਕ ਸਾਨੂੰ ਆਈਸਕ੍ਰੀਮ ਸਟਿੱਕ ਚਾਹੀਦੀ ਹੈ ਅਤੇ ਇੱਕ ਸਾਨੂੰ ਇਸ ਤਰ੍ਹਾਂ ਦਾ ਵਾਈਟ ਪੇਪਰ ਚਾਹੀਦਾ। ਤਾਂ ਸਭ ਤੋਂ ਪਹਿਲਾਂ ਅਸੀਂ ਇਹ ਭੂਰੇ ਰੰਗ ਦੀ ਕਲੇ ਲਵਾਂਗੇ ਅਤੇ ਇਸ ਨੂੰ ਬੱਚਿਆਂ ਨੂੰ ਦੇਵਾਂਗੇ ਕਿ ਤਾਂ ਉਹਨਾਂ ਨੂੰ ਕਹਾਂਗੇ ਇਸ ਨੂੰ ਇਸ ਤਰ੍ਹਾਂ ਗੋਲ ਕਰੋ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਬੱਚੇ ਜਦੋਂ ਇਸ ਤਰ੍ਹਾਂ ਕਰਨਗੇ ਤਾਂ ਉਹਨਾਂ ਦੇ ਹੱਥਾਂ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਹੋਏਗਾ। ਤਾਂ ਜਦੋਂ ਬੱਚਿਆਂ ਨੇ ਇਸ ਨੂੰ ਥੋੜ੍ਹਾ ਇਸ ਤਰ੍ਹਾਂ ਰੋਲ ਕਰ ਲਿਆ ਤਾਂ ਉਸ ਤੋਂ ਬਾਅਦ ਅਸੀਂ ਆਈਸਕ੍ਰੀਮ ਸਟਿੱਕ ਲਵਾਂਗੇ ਅਤੇ ਇਸ ਦਾ ਜਿਹੜਾ ਇੱਕ ਸਾਈਡ ਹੋਊਗੀ ਉਸ ਨੂੰ ਅਸੀਂ ਇਸ ਤਰ੍ਹਾਂ ਕੱਟ ਦੇਵਾਂਗੇ। ਤੁਸੀਂ ਦੇਖ ਰਹੇ ਹੋ ਕਿ ਮੈਂ ਕਿਸ ਤਰ੍ਹਾਂ ਕੱਟਿਆ ਹੈ, ਤੁਸੀਂ ਵੀ ਇਸੇ ਤਰ੍ਹਾਂ ਹੀ ਕੱਟਣਾ ਹੈ। ਤਾਂ ਉਸ ਤੋਂ ਬਾਅਦ ਨੀਚੇ ਤੋਂ ਅਸੀਂ ਇਸ ਨੂੰ ਥੋੜ੍ਹਾ ਇਸ ਤਰ੍ਹਾਂ ਦਬਾ ਕੇ ਫਿਰ ਇਸ ਨੂੰ ਅਸੀਂ 3 ਭਾਗਾਂ ਵਿੱਚ ਇੱਥੋਂ ਇਸ ਤਰ੍ਹਾਂ ਅਲੱਗ ਅਲੱਗ ਕਰ ਦਿਆਂਗੇ ਤਾਂ ਕਿ ਅਸੀਂ ਇਸ ਦਰਖਤ ਦੀਆਂ ਜੜ੍ਹਾਂ ਬਣਾ ਸਕੀਏ। ਤੁਸੀਂ ਦੇਖ ਰਹੇ ਹੋ ਕਿ ਮੈਂ ਕਿਸ ਤਰ੍ਹਾਂ ਕਰ ਰਿਹਾ ਹਾਂ। ਫਿਰ ਅਸੀਂ ਉੱਪਰਲੇ ਤਣਿਆਂ ਨੂੰ ਥੋੜ੍ਹਾ ਇਸ ਤਰ੍ਹਾਂ ਵੱਟ ਦੇਵਾਂਗੇ। ਤੁਸੀਂ ਦੇਖ ਰਹੇ ਹੋ ਕਿ ਇਹ ਦਰਖਤ ਦੇ ਤਣੇ ਨੇ ਆਪਣੀ ਸ਼ੇਪ ਲੈ ਲਈ ਹੈ। ਉਸ ਤੋਂ ਬਾਅਦ ਅਸੀਂ ਇਹ ਗ੍ਰੀਨ ਰੰਗ ਦੀ ਕਲੇ ਬੱਚਿਆਂ ਨੂੰ ਦਈਏ ਅਤੇ ਉਹਨਾਂ ਨੂੰ ਕਹਾਂਗੇ ਇਸ ਦਾ ਇੱਕ ਪਹਿਲਾਂ ਇਸ ਤਰ੍ਹਾਂ ਹੱਥਾਂ ਨਾਲ ਗੋਲਾ ਬਣਾਓ। ਜਦੋਂ ਬੱਚੇ ਇਸ ਤਰ੍ਹਾਂ ਗੋਲਾ ਬਣਾਉਣਗੇ ਤਾਂ ਉਹਨਾਂ ਦੇ ਛੋਟੀਆਂ ਹੱਥਾਂ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਹੋਏਗਾ। ਤਾਂ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਕਹਾਂਗੇ ਇਸ ਦੀ ਇੱਕ ਰੋਟੀ ਬਣਾਓ ਇਸ ਤਰ੍ਹਾਂ ਖਿੱਚ ਕੇ। ਜਦੋਂ ਉਹ ਪੋਟਿਆਂ ਨਾਲ ਅਸੀਂ ਰੋਟੀ ਬਣਾਉਣਗੇ ਤਾਂ ਉਹਨਾਂ ਦੇ ਪੋਟਿਆਂ ਦੀ ਜੋ ਛੋਟੀਆਂ ਮਾਸਪੇਸ਼ੀਆਂ ਹਨ ਉਹਨਾਂ ਦਾ ਵੀ ਵਿਕਾਸ ਹੋਏਗਾ, ਜਿਸ ਨਾਲ ਉਹਨਾਂ ਨੂੰ ਲਿਖਣ ਵਿੱਚ ਜਾਂ ਪੈਨਸਲ ਫੜਨ ਵਿੱਚ ਵੀ ਸਹਾਇਤਾ ਮਿਲੇਗੀ। ਤਾਂ ਤੁਸੀਂ ਦੇਖ ਰਹੇ ਹੋ ਕਿ ਮੈਂ ਕਿਸ ਤਰ੍ਹਾਂ ਬਣਾ ਰਿਹਾ ਹਾਂ। ਤੁਸੀਂ ਵੀ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਕਹਿਣਾ ਹੈ ਕਿ ਖਿੱਚ ਕੇ ਇਸ ਤਰ੍ਹਾਂ ਬਣਾਉਣਾ ਹੈ। ਤਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਬਣ ਗਿਆ ਹੈ। ਹੁਣ ਅਸੀਂ ਇਹ ਜੋ ਸਾਡੀ ਰੋਟੀ ਬਣ ਚੁੱਕੀ ਹੈ ਇਸ ਨੂੰ ਅਸੀਂ ਬਿਲਕੁਲ ਇਸ ਦੇ ਤਣੇ ਦੇ ਉੱਪਰ ਇਸ ਤਰ੍ਹਾਂ ਰੱਖ ਦੇਵਾਂਗੇ। ਤਾਂ ਥੋੜ੍ਹਾ ਇਸ ਨੂੰ ਇਸ ਤਰ੍ਹਾਂ ਸਾਈਡ ਤੋਂ ਬੱਚਿਆਂ ਨੂੰ ਕਹਾਂਗੇ ਕਿ ਖਿੱਚ ਦਿਓ ਤਾਂ ਕਿ ਦਰਖਤ ਦੇ ਤਰ੍ਹਾਂ ਲਿਖਣ ਦੀ ਕੋਸ਼ਿਸ਼ ਕਰ ਸਕੇ। ਤੁਸੀਂ ਦੇਖ ਰਹੇ ਹੋ ਕਿ ਮੈਂ ਕਿਸ ਤਰ੍ਹਾਂ ਕਰ ਰਿਹਾ ਹਾਂ। ਉਸ ਤੋਂ ਬਾਅਦ ਅਸੀਂ ਇਸ ਨੂੰ ਥੋੜ੍ਹਾ ਇਸ ਦੇ ਉੱਪਰ ਦਬਾ ਦੇਵਾਂਗੇ। ਹੁਣ ਅਸੀਂ ਇਹ ਜੋ ਅੰਬ ਆਕਾਰ ਦੇ ਟੁਕੜੇ ਬਣਾਏ ਹਨ, ਛੋਟੇ ਛੋਟੇ ਗੋਲੀਆਂ ਬਣਾਈਆਂ ਹਨ, ਇਹ ਤੁਸੀਂ ਬੱਚਿਆਂ ਤੋਂ ਬਣਵਾ ਸਕਦੇ ਹੋ। ਇਸ ਨੂੰ ਇਸ ਦਰਖਤ ਦੇ ਉੱਪਰ ਇਸ ਤਰ੍ਹਾਂ ਅਸੀਂ ਲਗਾ ਦੇਵਾਂਗੇ। ਤੁਸੀਂ ਦੇਖ ਰਹੇ ਹੋ ਕਿ ਮੈਂ ਕਿਸ ਤਰ੍ਹਾਂ ਲਗਾ ਰਿਹਾ ਹਾਂ। ਤਾਂ ਬੱਚਿਆਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਕਹਿਣਾ ਹੈ ਕਿ ਲਗਾਉਣੀਆਂ ਹਨ। ਤਾਂ ਇਹ ਗਤੀਵਿਧੀ ਤੁਸੀਂ ਆਸਾਨੀ ਨਾਲ ਆਪਣੇ ਬੱਚਿਆਂ ਨੂੰ ਘਰ ਵਿੱਚ ਕਰਵਾ ਸਕਦੇ ਹੋ ਤਾਂ ਕਿ ਬੱਚਿਆਂ ਵਿੱਚ ਰਚਨਾਤਮਕ ਵਿਕਾਸ ਹੋ ਸਕੇ, ਬੱਚਿਆਂ ਨੂੰ ਆਲੇ ਦੁਆਲੇ ਦੀਆਂ ਵਸਤੂਆਂ ਬਾਰੇ ਜਾਣਕਾਰੀ ਹੋ ਸਕੇ ਅਤੇ ਉਹਨਾਂ ਵਿੱਚ ਉਹਨਾਂ ਦੇ ਜੋ ਛੋਟੀਆਂ ਮਾਸਪੇਸ਼ੀਆਂ ਹਨ ਉਹਨਾਂ ਦਾ ਵਿਕਾਸ ਹੋ ਸਕੇ। ਤਾਂ ਇਹ ਗਤੀਵਿਧੀ ਤੁਸੀਂ ਆਪਣੇ ਬੱਚਿਆਂ ਨੂੰ ਘਰ ਵਿੱਚ ਜ਼ਰੂਰ ਕਰਵਾਓ। ਧੰਨਵਾਦ।